ਜਿਸ ਤਰ੍ਹਾਂ ਕਿ ਉਹਨਾਂ ਸਭ ਨੂੰ ਪਤਾ ਹੀ ਕਿ ਕਰਜ਼ੇ ਦੇ ਕਾਰਨ ਜੋ ਵੀ ਬੈਂਕ ਨੇ ਸਾਡਾ ਕੀਤਾ ਘਰੋਂ ਸਾਨੂੰ ਬੇਕਾਰ ਕਰ ਦਿੱਤਾ ਅਤੇ ਅੱਜ ਕਿਸਾਨ ਜਥੇਬੰਦੀ ਉਗਰਾਹਾਂ ਦੇ ਸਦਕਾ ਮੈਂ ਆਪਣੇ ਘਰ ਵਿੱਚ ਐਂਟਰ ਕੀਤੀਆਂ ਇਹਨਾਂ ਦੀ ਹਿੰਮਤ ਹੀ ਅੱਜ ਰੰਗ ਲਿਆਈ ਕਿ ਅਸੀਂ ਆਪਣੇ ਘਰ ਬੈਠੇ ਹਾਂ ਜੀ ਇਸ ਵਕਤ, ਨਹੀਂ ਤਾਂ ਹਫ਼ਤੇ ਦੇ ਅਸੀਂ ਸਮਝ ਲਓ ਵੀ ਘਰੋਂ ਬੇਕਾਰ ਹੋਏ ਪਏਗੇ। ਅਤੇ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਦੀ ਹਿੰਮਤ ਨਾਲ ਹੀ ਅਸੀਂ ਇੱਥੇ ਤੱਕ ਅੱਜ ਪੁੱਜੇ ਹਾਂ। ਹੁਣ ਤੁਸੀਂ ਪਰਿਵਾਰ ਸਮੇਤ ਘਰ ਵਿੱਚ ਆ ਗਏ, ਉਹਦੇ ਕੀ ਕਮਿਟਮੈਂਟ ਹੋਈ ਬੈਂਕ ਵਾਲਿਆਂ ਦਾ ਹੁਣ ਤੁਹਾਨੂੰ ਤਾਲੇ ਤੋੜ ਕੇ ਅੰਦਰ ਵਾੜਿਆ? ਹਾਂਜੀ ਸਰ, ਪਹਿਲਾਂ ਤਾਂ ਕਿਸਾਨ ਜਥੇਬੰਦੀ ਦਾ ਇਹੀ ਸੀਗਾ ਕਿ ਪਹਿਲਾਂ ਪਰਿਵਾਰ ਨੂੰ ਅੰਦਰ ਘਰ ਵਾੜਿਆ ਜਾਵੇ, ਦੈਨ ਉਸ ਤੋਂ ਬਾਅਦ ਜੋ ਵੀ ਤੁਹਾਡਾ ਹੁਣ ਹੋਏਗਾ ਪ੍ਰੋਸੈਸ ਉਹ ਚੱਲਦਾ ਰਹੇਗਾ। ਅਸੀਂ ਉੱਥੋਂ ਨਹੀਂ ਮੁੱਕਰਦੇ ਕਿ ਹੈ ਨਾ, ਜੋ ਵੀ ਤੁਸੀਂ ਟੇਬਲ ਟਾਕ ਕਰਨੀ ਬੈਠ ਕੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ, ਦੈਨ ਜੋ ਵੀ ਅੱਗੇ ਪ੍ਰੋਸੀਜਰ ਤੁਸੀਂ ਆਪਣਾ ਸਾਈਡ ਬਾਈ ਸਾਈਡ ਚਲਾਈ ਜਾਇਓ, ਬਟ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਇਸੇ ਘਰ ਵਿੱਚ ਵਾੜਿਆ ਜਾਵੇ। ਇਹ ਖਬਰ ਚੱਲਣ ਤੋਂ ਬਾਅਦ ਕਾਫੀ ਲੋਕਾਂ ਦੇ ਫੋਨ ਆਏ, ਖੁਦ ਸਾਨੂੰ ਵੀ ਆਏ, ਤੁਹਾਨੂੰ ਵੀ ਕਿਸੇ ਨੇ ਕੋਈ ਹੈਲਪ ਕੀਤੀ, ਕਿਸੇ ਲੀਡਰ ਨੇ, ਪੋਲੀਟੀਕਲ ਲੀਡਰ ਨੇ, ਕਿ ਜਾਂ ਬਸ ਲਾਰੇ ਲਾਏ ਤੱਕ? ਅੱਜ ਦੀ ਡੇਟ ਤੱਕ ਨਹੀਂ ਕੋਈ ਮੇਰੇ ਕੋਲ ਪੁੱਜਾ ਸਿਵਾਏ ਕਿਸਾਨ ਜਥੇਬੰਦੀ ਦੇ। ਸਮਾਜ ਸੇਵੀ ਸੰਸਥਾਵਾਂ ਦੇ ਬੜੇ ਫੋਨ ਆਏ, ਐਨ ਆਰ ਆਈ ਵੀਰਾਂ ਦੇ ਫੋਨ, ਕੋਈ ਇਹਨਾਂ ਵੱਲੋਂ ਕੋਈ ਹੈਲਪ ਕੀਤੀ ਕੁਛ? ਸਰ ਨਹੀਂ, ਵੈਸੇ ਮੇਰੇ ਕੋਲ ਨਾ ਉਹਨਾਂ ਨੇ ਮੰਗੀ ਕਿਹਾ ਕਿ ਤੁਹਾਨੂੰ ਆਪਾਂ ਹੈਲਪ ਕਰਾਂਗੇ, ਅਤੇ ਆਉਣ ਵਾਲੇ ਟਾਈਮ ਵਿੱਚ ਹਾਲੇ ਫਿਲਹਾਲ ਮੇਰੇ ਕੋਲ ਇਸ ਟਾਈਮ ਤੱਕ ਕੋਈ ਹੈਲਪ ਨਹੀਂ ਆਏਗੀ। ਮਤਲਬ ਹੁਣ ਤੁਸੀਂ ਖੁਸ਼ ਆਪਣੇ ਘਰ 'ਚ ਆ ਗਏ? ਬਿਲਕੁਲ ਸਰ, ਡੈਫੀਨੇਟਲੀ ਘਰ ਹੈ ਨਾ, ਸਿਆਣੇ ਕਹਿੰਦੇ ਵੀ ਘਰ ਵਰਗੀ ਰੀਸ ਨਹੀਂ, ਆਪਣਾ ਘਰ ਭਾਵੇਂ ਹੈ ਨਾ ਝੁੱਗੀ ਝੌਂਪੜੀ ਹੋਵੇ ਤਾਂ ਵੀ ਮਹਿਲਾ ਵਰਗੀ ਹੁੰਦੀ ਆ। ਸੋ ਮੈਂ ਬਹੁਤ ਖੁਸ਼ ਹਾਂ, ਮੈਂ ਅਤੇ ਮੇਰਾ ਬੱਚਾ ਵੀ। ਤੁਸੀਂ ਫਿਰ ਹੁਣ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰੋ ਜੀ। ਬਿਲਕੁਲ ਸਰ, ਮੈਂ ਤਾਂ ਬਾਰ ਬਾਰ ਇਹੀ ਕਹਾਂਗੀ ਕਿ ਇਹਨਾਂ ਦੀ ਹੀ ਹਿੰਮਤ ਦੇ ਸਦਕਾ ਅੱਜ ਆਪਾਂ ਆਪਣੇ ਘਰ ਵਿੱਚ ਬੈਠ ਕੇ ਬੈਠੇ ਹਾਂ। ਹਾਂ ਵੀ ਕਾਕੇ, ਆਪਣੇ ਘਰ ਆ ਗਏ, ਕਹਿੰਦਾ ਖੁਸ਼ ਹਾਂ? ਹਾਂਜੀ। ਕੀ ਖੁਸ਼ੀ ਹੋਈ ਆ? ਕਿ ਉਹ ਵਾਪਸ ਆਪਣੇ ਘਰ ਆ ਗਏ ਆ ਹੁਣ। ਅੱਛਾ, ਠੀਕ ਆ ਹੁਣ? ਹਾਂਜੀ। ਸਾਡਾ ਕੋਈ ਕਿਸਾਨ ਜਥੇਬੰਦੀ ਆਗੂ ਮੌਜੂਦ ਸਰ, ਅੱਜ ਘਰ ਵਾੜਦਾ ਉਹਨਾਂ ਨੂੰ, ਬੇਟੀ ਨੂੰ ਕਿੱਦਾਂ ਲੱਗਾ? ਕੀ ਹੈਲਪ ਕਰਨਾ ਪਿਆ, ਕੀ ਬੈਂਕ ਨੂੰ ਕਮਿਟਮੈਂਟ ਕਰਕੇ ਸਰ? ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਜਦੋਂ ਪਤਾ ਲੱਗਾ ਸਾਨੂੰ ਸੋਸ਼ਲ ਮੀਡੀਆ 'ਤੇ ਵੀ ਇਸ ਤਰ੍ਹਾਂ ਇੱਕ ਬੀਬੀ ਨੂੰ ਘਰੋਂ ਜਿਹੜਾ ਆ ਬੇਕਾਰ ਕਰਤਾ ਗਿਆ, ਅਤੇ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਲੱਗਾ ਵੀ ਇਹਨਾਂ ਦੇ ਸਹੁਰਾ ਸਾਹਿਬ ਅਤੇ ਇਹਨਾਂ ਦੇ ਪਤੀ ਇਸੇ ਕਰਜ਼ੇ ਤੋਂ ਦੁਖੀ ਹੋ ਕੇ ਸੁਸਾਈਡ ਕਰ ਗਏ ਆ। ਪਰ ਸਰਕਾਰ ਦੀਆਂ ਸਕੀਮਾਂ ਆ ਵੀ ਜਿਹੜਾ ਬੰਦਾ ਸੁਸਾਈਡ ਕਰ ਜਾਂਦਾ ਉਹਦੇ ਪਰਿਵਾਰ ਨੂੰ 3 ਲੱਖ ਰੁਪਈਆ ਵੀ ਦੇਣਾ ਅਤੇ ਉਹਦਾ ਸਾਰਾ ਕਰਜ਼ਾ ਮਾਫ਼ ਵੀ ਕਰਨਾ, ਪਰ ਇਹਨਾਂ 'ਤੇ ਇਹ ਸਕੀਮ ਜਿਹੜੀ ਆ ਲਾਗੂ ਨਹੀਂ ਕੀਤੀ ਗਈ। ਇਹ ਪ੍ਰਸ਼ਾਸਨ ਦੀ ਅਤੇ ਇੱਥੋਂ ਦੇ ਜਿਹੜੀ ਆ ਮੈਨੇਜਮੈਂਟ ਹੈ, ਪ੍ਰਬੰਧਕ ਹੈ ਬੈਂਕ ਦੇ, ਉਹਨਾਂ ਸਾਰਿਆਂ ਦਾ ਜਿਹੜਾ ਆ ਇਹ ਇੱਕ ਐਂ ਆ ਕਿ ਮਿਲੀ ਭੁਗਤ ਸਾਜਿਸ਼ ਆ ਇੱਕ ਵੀ ਜਿਹੜੀ ਇਹਨਾਂ ਨੂੰ ਜਿਹੜੀ ਸਹੂਲਤ ਇਹਨਾਂ ਦੀ ਬਣਦੀ ਸੀ ਉਹ ਵੀ ਨਹੀਂ ਦਿੱਤੀ। ਅਤੇ ਸਰ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਹ ਪ੍ਰੋਗਰਾਮ ਹੈ ਵੀ ਅਸੀਂ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੰਦੇ, ਕਿਸੇ ਵੀ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦੇਣੀ, ਜੇ ਕਿਸੇ ਵੀ ਛੋਟੇ ਦੁਕਾਨਦਾਰ ਛੋਟੇ ਸਰਮਾਏਦਾਰ ਦੀ ਅਸੀਂ ਕੁਰਕੀ ਨਹੀਂ ਹੋਣ ਦੇਣੀ। ਇਹ ਸਾਡਾ ਪ੍ਰੋਗਰਾਮ ਹੈ, ਕਿਉਂਕਿ ਇਹ ਜਿਹੜੀਆਂ ਕੁਰਕੀਆਂ ਹੋ ਰਹੀਆਂ ਇਸ ਕਰਕੇ ਹੋ ਰਹੀਆਂ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਉਹ ਲੋਕ ਵਿਰੋਧੀ ਹੈ, ਲੋਕ ਵਿਰੋਧੀ ਨੀਤੀਆਂ ਪਾਲਸੀਆਂ ਹੋਣ ਕਾਰਨ ਜਿਹੜੇ ਕਿਸਾਨ ਹੁਣ ਬੈਂਕ ਨਾਲ ਕੀ ਕਮਿਟਮੈਂਟ ਕੀਤੀ ਹੈ ਸਰ? ਹੁਣ ਬੈਂਕ ਨਾਲ ਕੋਈ ਕਮਿਟਮੈਂਟ ਨਹੀਂ ਹੋਈ, ਬੈਂਕ ਨੇ ਤਾਲਾ ਮਾਰਿਆ ਸੀ, ਇੱਥੇ ਕਬਜ਼ਾ ਕੀਤਾ ਸੀ। ਅਸੀਂ ਬੈਂਕ ਨੂੰ ਚੇਤਾਵਨੀ ਦੇ ਕੇ ਆਪਣੇ 2 ਵਜੇ ਦੇ ਸਮੇਂ ਮੁਤਾਬਕ ਉਹਨਾਂ ਦਾ ਬੈਂਕ ਵੱਲੋਂ ਲਾਏ ਹੋਏ ਤਾਲੇ ਤੋੜ ਕੇ ਅਸੀਂ ਘਰ ਪਰਿਵਾਰ ਨੂੰ ਘਰ ਵਿੱਚ ਜਿਹੜਾ ਆ ਉਹ ਬਿਠਾ ਦਿੱਤਾ। ਇਹਦੇ ਨਾਲ ਕੋਈ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਇਸ ਬੇਟੀ ਬੱਚੇ ਨੂੰ? ਇਸ ਕਾਨੂੰਨੀ ਪ੍ਰਕਿਰਿਆ ਦਾ ਜਾਂ ਕੋਈ ਵੀ ਹੋਵੇ, ਵੇਖੋ ਸਾਡੀ ਜਥੇਬੰਦੀ ਇੱਥੇ ਬਹੁਤ ਸਾਰੇ ਥਾਵਾਂ 'ਤੇ ਜਦੋਂ ਅਸੀਂ ਕੁਰਕੀਆਂ ਰੋਕਦੇ ਹਾਂ ਗੋਲੀਆਂ ਚੱਲਦੀਆਂ, ਬੰਦੇ ਸ਼ਹੀਦ ਹੁੰਦੇ ਆ, ਬਹੁਤ ਕੁਛ ਹੁੰਦਾ ਜਥੇਬੰਦੀ ਨਾਲ, ਅਸੀਂ ਚੱਲਦੇ ਹਾਂ ਆਪਣੇ ਸਿਰ 'ਤੇ ਚੱਲਦੇ ਹਾਂ। ਇੱਥੇ ਵੀ ਕੋਈ ਸਰਕਾਰ ਕੋਈ ਕਰੂਗੀ ਅਸੀਂ ਉਹ ਆਪਣੇ ਸਿਰ 'ਤੇ ਚੱਲਾਂਗੇ, ਅਸੀਂ ਪਰਿਵਾਰ ਨੂੰ ਜਿਹੜਾ ਆ ਉਹ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦਿੰਦੇ ਆਉਂਦਿਆਂਗੇ ਅਤੇ ਅਸੀਂ ਹਮੇਸ਼ਾ ਪਰਿਵਾਰ ਦੇ ਨਾਲ ਰਵਾਂਗੇ।